ਮੈਂਡੀ ਨਾ ਆਪਣੇ ਰੇਟ ਆਪ ਡਿਸਾਈਡ ਕਰਦੀ ਆ। ਤੁਸੀਂ ਇੰਨੀ ਛੋਟੀ ਉਮਰੇ ਇਹ ਗਲਤ ਕੰਮ 'ਚ ਕਿਵੇਂ ਪੈ ਗਏ? ਕੋਈ ਨੌਕਰੀ ਵੀ ਕਰ ਸਕਦੀ ਸੀ। ਇਹ ਮੇਰੀ ਜ਼ਿੰਦਗੀ ਆ ਤੇ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲਏ ਨੇਗੇ, ਨਾਲੇ ਤੁਸੀਂ ਇੰਨਾ ਕੁਛ ਕਿਉਂ ਪੁੱਛ ਰਹੇ ਹੋ? ਹਾਂ, ਮੇਰਾ ਨਾ ਉਹ ਬਾਪੂ ਬਿਮਾਰ ਸੀਗਾ, ਮੈਂ ਨਾ ਉਹਨੂੰ ਸ਼ਹਿਰ ਲੈ ਕੇ ਜਾਣਾ ਸੀ ਡਾਕਟਰ ਕੋਲੇ, ਥੋੜੇ ਜਿਹੇ ਪੈਸਿਆਂ ਦੀ ਲੋੜ ਸੀਗੀ। ਬਾਈ ਦੇ ਫਿਰ ਕੁੜੀ ਨੂੰ ਪੈਸੇ। ਉਹ ਕੋਈ ਨਾ, ਦੇ ਦਿੰਦੇ ਪੈਸੇ, ਆ ਜਾ ਅੰਦਰ। ਨਹੀਂ ਕੋਈ ਨਾ ਜੀ, ਮੈਂ ਇੱਥੇ ਹੀ ਠੀਕ ਹਾਂ। ਉਹ ਆ ਜਾ, ਤੁਹਾਨੂੰ ਬਾਈ ਕਹਿ ਰਿਹਾ ਹੈਗਾ। ਇਹ ਜਿੱਤੇ ਲੱਗਿਆ ਤਾਂ ਅੱਗ ਮਿਟਦਾ ਨਹੀਂ ਹੁੰਦਾ, ਨਾਲੇ ਨਾਲ ਵਿਆਹ ਕੌਣ ਕਰਾਊ ਹੁਣ? ਕੋਈ ਨਾ ਅੰਕਲ ਜੀ, ਤੁਸੀਂ ਫਿਕਰ ਨਾ ਕਰੋ, ਇਹਦੇ ਨਾਲ ਵਿਆਹ ਮੈਂ ਕਰਾਊਂਗਾ ਅਤੇ ਆਪਾਂ ਇੱਜ਼ਤ ਨਾਲ ਰਹਾਂਗੇ, ਅਤੇ ਨਾਲੇ ਆ ਛੁੱਟੀ ਦਾ ਵੀ ਨਾ ਇੱਜ਼ਤ ਦੇ ਨਾਲ ਹੀ ਵਿਆਹ ਕਰਾਂਗੇ। ਉਹ ਫਿਰ ਕੀ ਹੋ ਗਿਆ ਜੀ, ਵਿਆਹ 'ਤੇ ਨਹੀਂ ਬੁਲਾਇਆ ਗਿਆ? ਜਿਹੜੀਆਂ ਕਸਰਾਂ ਤੂੰ ਵਿਆਹ 'ਤੇ ਕੱਢਣੀਆਂ ਸੀ ਹੁਣ ਕੱਢ ਲਾਂਗੇ, ਆ ਜਾ ਪਾਰਟੀ ਸ਼ਾਰਟੀ ਕਰਾਂਗੇ। ਅੱਛਾ ਚੱਲੀਏ, ਚੱਲ ਠੀਕ ਆ, ਚੰਗਾ ਬੈਠ ਕੇ। ਮਨਦੀਪ ਮੇਰੀ ਗੱਲ ਸੁਣ ਲਾ, ਮੈਂ ਮੈਂਡੀ ਨਹੀਂ ਹੈਗੀ, ਮੇਰਾ ਨਾਮ ਮਨਦੀਪ ਆ। ਮਨਦੀਪ ਕਹਿ ਕੇ ਬੁਲਾ ਮੈਨੂੰ। ਉਹ ਮੇਰੀ ਗੱਲ ਸੁਣ, ਨਾਮ ਬਦਲ ਕੇ ਤੂੰ ਆਪਣਾ ਪੇਸ਼ਾ ਨਹੀਂ ਬਦਲ ਸਕਦੀ। ਮੇਰੇ ਹੱਸਦੇ ਵੱਸਦੇ ਘਰ ਨੂੰ ਪਲੀਜ਼ ਉਜਾੜ ਨਾ, ਮੈਨੂੰ ਬਖਸ਼ ਦੇ, ਮੈਨੂੰ ਆਪਣੀ ਜ਼ਿੰਦਗੀ 'ਚ ਖੁਸ਼ ਰਹਿ ਲੈਣ ਦੇ। ਨਾਲੇ ਇੱਕ ਗੱਲ ਹੋਰ, ਹੁਣ ਤਾਂ ਮੈਂ ਇਹਨਾਂ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਉਹ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ, ਮੇਰੀ ਗੱਲ ਸੁਣ ਲੈ ਇੱਕ, ਜਿੰਨਾ ਤੱਕ ਮੇਰਾ ਕੰਮ ਨਹੀਂ ਨਾ ਹੁੰਦਾ ਮੈਂ ਨਹੀਂ ਇੱਥੋਂ ਕਿਤੇ ਜਾਂਦਾ। ਕੀ ਮਤਲਬ ਆ ਤੇਰਾ? ਉਹ ਤੈਨੂੰ ਕਿਹੜਾ ਪਤਾ ਨਹੀਂ? ਛੱਡ ਮੈਨੂੰ, ਛੱਡ ਤਾ, ਛੱਡ ਮੈਨੂੰ, ਛੱਡ ਦੇ, ਛੱਡ ਦੇ। ਸ਼ਰਮ ਨਹੀਂ ਆਉਂਦੀ ਤੈਨੂੰ? ਉਹ ਮੈਂ ਤੈਨੂੰ ਆਪਣਾ ਭਰਾ ਮੰਨ ਕੇ ਇਸ ਘਰ ਵਿੱਚ ਲੈ ਕੇ ਆਇਆ ਸੀ ਤੇ ਤੂੰ ਮੇਰੀ ਇੱਜ਼ਤ ਨੂੰ ਹੱਥ ਪਾਲਿਆ? ਉਹ ਬਾਈ ਕਿਹੜੀ ਇੱਜ਼ਤ ਦੀ ਗੱਲ ਕਰਦਾ ਤੂੰ? ਇਹਨੇ ਪਤਾ ਨਹੀਂ ਕਿੰਨਾ ਕਿਨੂੰ ਆਪਣੀ ਇੱਜ਼ਤ ਵੇਚੀ ਆ। ਓਏ ਬਸ, ਮੈਂ ਸਮਝ ਆਉਂਦਾ ਇਹਦੇ ਬਾਰੇ, ਨਾਲੇ ਇਹਦਾ ਨਾ ਉਹ ਬੀਤਿਆ ਹੋਇਆ ਕੱਲ੍ਹ ਸੀ ਅਤੇ ਹੁਣ ਇਹ ਮੇਰੇ ਘਰ ਵਾਲੀ ਹੈ। ਉਹ ਬਾਈ ਸ਼ਾਇਦ ਤੈਨੂੰ ਇਹਦੇ ਬਾਰੇ ਪਤਾ ਨਹੀਂ, ਇਹ ਧੰਦਾ ਕਰਦੀ ਰਹੀ ਆ, ਤੈਨੂੰ ਥੋੜ੍ਹੀ ਜਿਹੀ ਸ਼ਰਮ ਨਹੀਂ ਇਹਦੇ ਨਾਲ ਵਿਆਹ ਕਰਾਉਣ ਲੱਗੇ? ਉਹ ਸ਼ਰਮ ਤਾਂ ਤੂੰ ਕਰ, ਨਾਲੇ ਤੇਰੇ ਵਰਗੇ ਲੋਕ ਨਾ ਇਹੋ ਜਿਹੀ ਕੁੜੀਆਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਉਹਨਾਂ ਦੇ ਜਿਸਮ ਦੀ ਕੀਮਤ ਲਾਉਂਦੇ ਨੇਗੇ। ਨਾਲੇ ਮੈਂ ਨਹੀਂ ਚਾਹੁੰਦਾ ਹੁਣ ਕੋਈ ਇਹਦੇ ਬਾਰੇ ਮਾੜਾ ਬੋਲੇ, ਇਹ ਮੇਰੇ ਘਰ ਵਾਲੀ ਆ ਹੁਣ, ਨਾਲੇ ਜੇ ਤੂੰ ਮੇਰਾ ਆਪਣਾ ਨਾ ਹੁੰਦਾ ਨਾ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਣਾ ਸੀ। ਜਾਂ ਨਿਕਲ ਲਿਆ ਮੇਰੇ ਘਰੋਂ। ਸੱਚ ਕਹਿੰਦਾ ਜੀ ਇਹ, ਹੋਰ ਪਤਾ ਨਹੀਂ ਤੁਹਾਨੂੰ ਹਜੇ ਕਿਹਦੇ ਕਿਹਦੇ ਤਾਨੇ ਸੁਣਨੇ ਪੈਣਗੇ। ਯਾਰ ਤੂੰ ਕਿਉਂ ਟੈਨਸ਼ਨ ਲਈ ਹੈ? ਨਾਲੇ ਇਹਨਾਂ ਲੋਕਾਂ ਨੂੰ ਕਿਹਨੇ ਹੱਕ ਦਿੱਤਾ ਵੀ ਕਿਸੇ ਦੇ ਮਾੜੇ ਹੋਣ ਦਾ ਠੱਪਾ ਉਹਦੀ ਜ਼ਿੰਦਗੀ 'ਤੇ ਸਾਰੀ ਉਮਰ ਲਾ ਕੇ ਰੱਖੋ? ਨਾਲੇ ਜੇ ਕੋਈ ਆਪਣੀ ਜ਼ਿੰਦਗੀ ਸੁਧਾਰਨਾ ਚਾਹੇ ਨਾ ਤਾਂ ਉਹਦਾ ਸਾਥ ਦੇਈਦਾ ਉਹਨੂੰ ਸੁਧਰਨ ਦੇ ਵਿੱਚ, ਜਿਵੇਂ ਮੈਂ ਤੇਰਾ ਦਿੱਤਾ। ਇਹ ਲੋਕ ਤਾਂ ਮਾੜੇ ਨੂੰ ਸਾਰੀ ਉਮਰ ਮਾੜਾ ਹੀ ਸਮਝਦੇ ਨੇ, ਇਹਨਾਂ ਨੂੰ ਇਹ ਲੱਗਦਾ ਵੀ ਇਹ ਸਾਰੀ ਉਮਰ ਸੁਧਰ ਨਹੀਂ ਸਕਦੀ। ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਕਨੀ ਝੱਕਣਾ ਚਾਹੀਦਾ ਵੀ ਇਹ ਵੀ ਕਿਸੇ ਦੀ ਧੀ ਭੈਣ ਹੈ। ਕੋਈ ਨਾ ਤੂੰ ਰੋ ਨਾ, ਜੇ ਆਪਾਂ ਕਿਸੇ ਦੀ ਜ਼ਿੰਦਗੀ ਬਣਾ ਨਹੀਂ ਸਕਦੇ ਨਾ ਤਾਂ ਵਿਗਾੜਨ ਦਾ ਵੀ ਆਪਾਂ ਨੂੰ ਕੋਈ ਹੱਕ ਨਹੀਂ। ਮੇਰਾ ਭਾਈ ਹੋ ਕੇ ਉਹ ਧੰਦੇ ਵਾਲੇ ਪਿੱਛੇ ਲੱਗ ਕੇ ਮੇਰੀ ਬੇਇੱਜ਼ਤੀ ਕਰਤੀ, ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ। ਕੋਈ ਨਾ ਚੁੱਪ ਕਰਕੇ ਬੈਠਣਾ ਮੈਂ ਵੀ ਨਹੀਂ,
ਤੇਰਾ ਤਾਂ ਮੈਂ ਇਹੋ ਜਿਹਾ ਬੰਦੋਬਸਤ ਕਰੂੰ ਨਾ, ਤੂੰ ਵੀ ਦਿਨਾਂ ਤੱਕ ਯਾਦ ਰੱਖੇਗਾ। ਤੇ ਰਹੀ ਗੱਲ ਮਿੰਡੀ ਦੀ, ਜਿਹਨੂੰ ਦੁਬਾਰੇ ਉਹੀ ਧੰਦਾ ਨਾ ਕਰਨ ਲਾਇਆ ਨਾ, ਤਾਂ ਮੈਨੂੰ ਵੀ ਸੱਤਾ ਕਿਹਨੇ ਕਹਿਣਾ। ਲੈ, ਮੈਨੂੰ ਯਕੀਨ ਨਹੀਂ ਹੁੰਦਾ ਕਿੰਨੀ ਸੋਹਣੀ ਹੋ ਗਈ ਮੇਰੀ ਜ਼ਿੰਦਗੀ, ਅਤੇ ਮੇਰਾ ਆਪਣਾ ਪਰਿਵਾਰ ਹੋ ਗਿਆ, ਛੋਟਾ ਜਿਹਾ ਆਪਣਾ ਘਰ ਹੋ ਗਿਆ। ਮੈਂ ਤਾਂ ਇਹ ਸੋਚਦੀ ਹਾਂ ਜੇ ਸੈਂਡੀ ਮੇਰੀ ਜ਼ਿੰਦਗੀ 'ਚ ਨਾ ਆਉਂਦਾ ਤਾਂ ਹਜੇ ਪਤਾ ਨਹੀਂ ਮੈਂ ਕਿੱਥੇ ਕਨਰਕ ਭੋਗਦੀ ਹੋਣਾ ਸੀਗਾ। ਅਤੇ ਹੁਣ ਤਾਂ ਬਹੁਤ ਜਲਦੀ ਸਾਡੀ ਜ਼ਿੰਦਗੀ 'ਚ ਇੱਕ ਛੋਟਾ ਜਿਹਾ ਮਹਿਮਾਨ ਵੀ ਆ ਜੂਗਾ, ਸਾਡੇ ਘਰ 'ਚ ਖੁਸ਼ੀਆਂ ਹੋਰ ਵੱਧ ਜਾਣਗੀਆਂ। ਛੋਟੀ ਜਿਹੀ ਫੈਮਿਲੀ, ਖੁਸ਼ੀ ਫੈਮਿਲੀ, ਇੱਥੇ ਫਿਰਿਆ ਕਰੂਗਾ ਰੁੜਦਾ। ਹਾਏ, ਅੱਜ ਤਾਂ ਨਾ ਮੈਂ ਸੈਂਡੀ ਨਾਲ ਗੱਲ ਕਰਦੀ ਹਾਂ ਵੀ ਜਾਂ ਤਾਂ ਤੁਸੀਂ ਕਿਸੇ ਨੂੰ ਬੁਲਾ ਲਓ ਇੱਥੇ, ਨਹੀਂ ਆਪ ਮੇਰੇ ਕੋਲ ਰਿਹਾ ਕਰੋ। ਮੈਨੂੰ ਤਾਂ ਪਤਾ ਨਹੀਂ ਲੱਗਦਾ, ਕਈ ਵਾਰੀ ਬਹੁਤ ਦਰਦ ਉੱਠਦਾ। ਕਿਵੇਂ ਮਨਦੀਪ, ਠੀਕ ਹੈ? ਹਾਂਜੀ, ਮੈਂ ਸਿਹਤ ਠੀਕ ਹੈ। ਹਾਂਜੀ, ਤੁਸੀਂ ਕਿਵੇਂ ਹੋ? ਠੀਕ ਹੈ, ਵਧੀਆ। ਮੇਰੇ ਨਾ ਅੱਜ ਦਰਦ ਹੋਣ ਲੱਗ ਗਿਆ ਸੀਗਾ। ਉਹ ਯਾਰ, ਤੈਨੂੰ ਕਿੰਨੀ ਵਾਰੀ ਕਿਹਾ ਵੀ ਕੰਮ ਨਾ ਕਰਿਆ ਕਰ, ਪਰ ਤੂੰ ਹਟਦੀ ਨਹੀਂ। ਮੈਨੂੰ ਐਂ ਦੱਸੋ, ਜੇ ਮੈਂ ਘਰ ਦਾ ਕੰਮ ਨਹੀਂ ਕਰੂੰਗੀ ਤਾਂ ਫਿਰ ਹੋਰ ਕਰੂਗਾ ਕੌਣ? ਤੁਸੀਂ ਨਾ ਇੱਕ ਕੰਮ ਵਾਲੀ ਦੇਖ ਲਓ, ਨਾਲੇ ਤਾਂ ਉਹ ਘਰ ਦਾ ਕੰਮ ਕਰ ਲਿਆ ਕਰੂ, ਨਾਲੇ ਮੇਰਾ ਖਿਆਲ ਰੱਖ ਲਿਆ ਕਰੂਗੀ। ਯਾਰ, ਘਰ ਦੇ ਕੰਮ ਤਾਂ ਉਹ ਕਰ ਦਿਆ ਕਰੂਗੀ, ਪਰ ਤੇਰਾ ਖਿਆਲ ਕਿਵੇਂ ਰੱਖੂ? ਕੰਮ ਕਰਕੇ ਅਗਲੀ ਤੁਰ ਜਿਆ ਕਰੂਗੀ। ਇਹ ਵੀ ਸਹੀ ਆ। ਇੱਕ ਕੰਮ ਕਰਦਾ। ਕਿਵੇਂ? ਮੈਂ ਨਾ ਪ੍ਰੀਤ ਭਾਬੀ ਨੂੰ ਪੁੱਛਦਾ, ਉਹ ਆਪਣੇ ਕੋਲ ਆ ਜਾਏ ਜੇ, ਵੈਸੇ ਵੀ ਤਾਂ ਉਹ ਘਰ ਵਿੱਚ ਇਕੱਲੀ ਰਹਿੰਦੀ ਆ। ਹਾਂਜੀ, ਉਹਨੂੰ ਫੋਨ ਕਰਕੇ ਦੇਖਦਾ। ਪੁੱਛ ਲਓ, ਜੇ ਆ ਜਾਣ ਫਿਰ ਤਾਂ ਵਾਲੀ ਵਧੀਆ ਗੱਲ ਆ। ਚੱਲ, ਮੈਂ ਲਾਉਣਾ ਫੋਨ। ਹੋਰ ਤੁਹਾਡੇ ਵਾਸਤੇ ਚਾਹ ਪਾਣੀ? ਚਾਹ ਪਾਣੀ ਤਾਂ ਬਸ, ਤੂੰ ਆਪਣੀ ਖਿਆਲ ਰੱਖਿਆ ਕਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਬੀ। ਉਹ ਤਾਂ ਮੈਂ ਤਾਂ ਫੋਨ ਕੀਤਾ ਸੀਗਾ, ਤੁਹਾਨੂੰ ਪਤਾ ਹੀ ਆ ਵੀ ਇੱਧਰ ਮਨਦੀਪ ਕੋਲ ਹੈ ਨਾ ਬੱਚਾ ਹੋਣ ਵਾਲਾ, ਇਕੱਲੀ ਦੇ ਉੱਤੋਂ ਹੁਣ ਰਿਹਾ ਨਹੀਂ ਜਾਂਦਾ, ਘਰ ਕੰਮ ਕਾਰ ਵੀ ਹੁੰਦੇ ਨੇ, ਜੇ ਤੁਸੀਂ ਸਾਡੇ ਕੋਲ ਆ ਜਾਂਦੇ 2-3 ਮਹੀਨੇ। ਹਾਂਜੀ ਹਾਂਜੀ, ਉਹ ਤਾਂ ਕੋਈ ਨਹੀਂ, ਮੈਂ ਲੈਣ ਤਾਂ ਆ ਜੂਗਾ। ਤੁਸੀਂ ਇੱਦਾਂ ਕਰੋ, ਬੱਸ ਚੜ੍ਹੋ ਅਤੇ ਮੈਂ ਅੱਡੇ 'ਤੇ ਆਪ ਹੀ ਲੈ ਜਾਊਂ ਅੱਗੇ ਅੱਗੇ। ਕਹਿ ਦਿਓ ਅੱਜ ਹੀ ਆ ਜਾਇਓ। ਠੀਕ ਹੈ, ਅੱਜ ਹੀ ਆ ਜਾਓ ਜੀ ਫਿਰ। ਠੀਕ ਹੈ ਜੀ, ਓਕੇ, ਫੋਨ ਕਰ ਲਿਓ ਮੈਨੂੰ ਇੱਥੇ ਆਉਣ। ਠੀਕ ਹੈ ਜੀ। ਆ ਤਾਂ ਚਲੋ ਵਧੀਆ, ਉਹਨਾਂ ਨੇ ਹਾਂ ਕਰਤੀ ਪਹਿਲੀ ਵਾਰੀ ਸੀ, ਹੈ ਨਾ। ਹਾਂ, ਨਾਲੇ ਮੇਰਾ ਦਿਲ ਲੱਗਿਆ ਰਿਹਾ ਕਰੂਗਾ, ਨਾਲੇ ਦੋਨੇ ਜਣੀਆਂ ਗੱਲਾਂ ਮਾਰੀ ਜਾਇਆ ਕਰਾਂਗੇ। ਸਹੀ ਗੱਲ ਆ, ਹੁਣ ਮੈਂ ਤੈਨੂੰ ਪਤਾ ਘਰੇ ਘੱਟ ਹੀ ਖੜਦਾ ਗਾ, ਬਾਹਰ ਕੰਮ ਕਾਰ ਵੀ ਦੇਖਣੇ ਦੇ ਨਾ। ਜੇ ਘਰੇ ਬੈਠ ਜਾਊਂਗੇ ਫਿਰ ਕੰਮ ਕਾਰ ਦਾ ਵੀ ਨਹੀਂ ਸਰਦਾ ਹੈਗਾ। ਸਹੀ ਗੱਲ, ਕੋਈ ਨਾ ਕੋਈ ਤਾਂ ਤੇਰੇ ਲਈ ਹੋਣਾ ਚਾਹੀਦਾ। ਹਾਂਜੀ ਹਾਂਜੀ, ਕੋਈ ਨਾ, ਤੁਸੀਂ ਫਿਰ ਬੈਠੋ, ਮੈਂ ਚਾਹ ਬਣਾ ਦਿੰਦੀ ਹਾਂ ਤੁਹਾਡੇ। ਚੱਲ, ਥੋੜ੍ਹੀ ਜਿਹੀ ਬਣਾਈ ਫਿਰ, ਚੰਗਾ। ਆ ਜਾਓ ਬੱਬੀ, ਮਲਾਉਣਾ ਤੂੰ ਤੁਹਾਡੀ ਦਰਾਣੀ ਦੇ ਨਾਲ। ਮਨਦੀਪ, ਉਹ ਮਨਦੀਪ! ਹਾਂਜੀ, ਆ ਜਾਓ ਬੱਬੀ। ਆ ਕੇ ਲੈ ਆਏ ਦੀਦੀ ਨੂੰ? ਹਾਂ, ਲੈ ਆਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ? ਠੀਕ ਹੋ? ਹਾਂਜੀ, ਵਧੀਆ, ਤੁਸੀਂ ਦੱਸੋ? ਵਧੀਆ ਵਧੀਆ, ਬਸ ਮੈਂ ਜਾਓ ਬੱਬੀ। ਹੋਰ ਘਰੇ ਸਾਰੇ ਠੀਕ? ਹਾਂਜੀ ਹਾਂਜੀ, ਠੀਕ ਹੈ, ਤੁਸੀਂ ਦੱਸੋ? ਹਾਂਜੀ ਵਧੀਆ। ਠੀਕ ਹੋ? ਅਤੇ ਤੂੰ ਆਪਦੀ ਸਿਹਤ ਦਾ ਧਿਆਨ ਰੱਖਿਆ ਕਰ, ਹੁਣ ਮੈਂ ਆ ਗਈ, ਸਾਰੇ ਘਰ ਦੇ ਕੰਮ ਆਪੇ ਕਰ ਲਿਆ ਕਰੂੰਗੀ। ਮਨਦੀਪ, ਭਾਬੀ ਸਹੀ ਆਖਰੀ ਹੈ,
ਹੁਣ ਤੂੰ ਬਸ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ ਅਤੇ ਘਰ ਦੇ ਕੰਮ ਕਰ ਨਾ, ਭਾਬੀ ਸਾਰੇ ਆਪੇ ਕਰ ਲੂ। ਤੂੰ ਐਂ ਕਰ, ਭਾਬੀ ਨੂੰ ਚਾਹ ਪਾਣੀ ਪਿਆ ਅਤੇ ਮੈਂ ਮਾੜਾ ਜਿਹਾ ਖੇਤ ਜਾਇਆ। ਕੋਈ ਨਾ, ਮੈਂ ਚਾਹ ਬਣਾਉਂਦੀ ਹਾਂ ਜੀ, ਤੁਸੀਂ ਵੀ ਪੀ ਲਿਓ। ਨਾ ਨਾ ਬਸ, ਮੈਂ ਕੋਈ ਨਹੀਂ, ਖੇਤ ਜਾ ਕੇ ਆਉਣਾ, ਆ ਕੇ ਦੇਖੂ। ਚਲੋ ਕੋਈ ਨਾ, ਮੈਂ ਚੱਲ ਮੈਂ ਮਾਰਿਆ ਵਾਂ ਗੇੜਾ। ਹਾਂਜੀ ਠੀਕ ਆ, ਜਾਇਓ। ਠੀਕ ਹੈ, ਮੈਂ ਬਣਾਉਂਦੀ ਹਾਂ ਦੀਦੀ ਚਾਹ, ਤੁਸੀਂ ਬੈਠੋ। ਲੱਛੇ ਜੀ ਸੌ ਜਾ, ਹੁਣ ਲਾ ਦੇ ਘੜੀ ਕੁੜੀਆਂ ਜਿਹੜੀਆਂ ਲਾਉਣੀਆਂ, ਆਰਾਮ ਵੀ ਕਰ ਲਿਆ ਕਰ। ਨਾ ਮੇਰੀ ਗੱਲ ਸੁਣੋ ਜੀ, ਮੈਂ ਤਾਂ ਐਂ ਕਹਿੰਦੀ ਹਾਂ, ਜਦੋਂ ਦੇ ਪ੍ਰੀਤ ਦੀਦੀ ਆਏ ਆ ਨਾ, ਮੇਰੀ ਤਾਂ ਸਾਰੀ ਟੈਨਸ਼ਨ ਦੂਰ ਹੋ ਗਈ। ਬਸ ਹੁਣ ਤਾਂ ਦਿਮਾਗ 'ਤੇ ਇੱਕੋ ਹੀ ਬੋਝ ਆ। ਬੋਝ ਆ ਦਿਮਾਗ 'ਤੇ? ਓਏ ਹੁਣ ਤੇਰੇ ਦਿਮਾਗ 'ਤੇ ਕੀ ਬੋਝ ਪੈ ਗਿਆ? ਤੈਨੂੰ ਘਾਟ ਹੈ ਇਸ ਘਰ ਦੇ ਵਿੱਚ ਕੋਈ? ਨਾ ਨਾ ਜੀ, ਘਾਟ ਤਾਂ ਕਿਸੇ ਚੀਜ਼ ਦੀ ਨਹੀਂ ਹੈਗੀ। ਬੋਝ ਤਾਂ ਮੇਰੇ ਦਿਮਾਗ 'ਤੇ ਇਹ ਆ ਵੀ ਤੁਹਾਨੂੰ ਮੁੰਡਾ ਚਾਹੀਦਾ ਜਾਂ ਕੁੜੀ। ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਮੁੰਡਾ ਕੁੜੀ ਤਾਂ ਨਾ ਰੱਬ ਦੀਆਂ ਦਾਤਾਂ ਨੇ, ਜਿਹੜੀਆਂ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਨੇ। ਰਹੀ ਗੱਲ ਮੁੰਡੇ ਦੇ ਕੁੜੀ ਦੀ, ਮੈਨੂੰ ਤਾਂ ਇਹ ਆ ਯਾਰ, ਆਪਣੇ ਨਾ ਰੱਬ ਧੀ ਦੇਵੇ, ਫਿਰ ਮੈਂ ਆਪਣੀ ਧੀ ਨੂੰ ਨਾ ਬੜੇ ਲਾਡਾ ਚਾਵਾਂ ਨਾਲ ਪਾਲੂੰਗਾ ਅਤੇ ਉਹਨੂੰ ਪੜ੍ਹਾ ਲਿਖਾ ਕੇ ਕੋਈ ਵਧੀਆ ਨੌਕਰੀ 'ਤੇ ਲਾਊਂਗਾ, ਤਾਂ ਕਿ ਅੱਗੇ ਜਾ ਕੇ ਆਪਣਾ ਨਾਮ ਰੋਸ਼ਨ ਕਰੇ, ਇਹ ਦੁਨੀਆ ਦੇ ਵਿੱਚ ਇੱਕ ਮਿਸਾਲ ਪੈਦਾ ਕਰੇ। ਪਰ ਤੂੰ ਕੀ ਚਾਹੁੰਦੀ ਆ? ਜੇ ਸੱਚ ਦੱਸਾਂ ਜੀ, ਮੈਂ ਤਾਂ ਇਹ ਚਾਹੁੰਦੀ ਹਾਂ ਵੀ ਆਪਣੇ ਕੁੜੀ ਨਾ ਆਪਣੇ ਮੁੰਡਾ ਹੋਵੇ, ਕਿਉਂਕਿ ਕੁੜੀਆਂ ਨੂੰ ਜਿਹੜੇ ਦੁੱਖ ਹੁੰਦੇ ਨੇ ਉਹ ਮੈਂ ਸਾਰੇ ਹੰਢਾ ਲਏ। ਯਾਰ ਤੈਨੂੰ ਕਿੰਨੀ ਵਾਰੀ ਆਖਿਆ, ਤੂੰ ਆਪਣੇ ਬੀਤੇ ਵੇਲੇ ਨੂੰ ਨਾ ਯਾਦ ਕਰਿਆ ਕਰ, ਨਾਲੇ ਜੇ ਕੁੜੀ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਨਾ, ਤਾਂ ਮੁੰਡੇ ਦੀ ਵੀ ਹੋ ਸਕਦੀ ਹੈ। ਹਾਂਜੀ ਇਹ ਤਾਂ ਹੈ। ਬਸ ਫਿਰ ਬਹੁਤਾ ਨਾ ਸੋਚਿਆ ਕਰ, ਨਾਲੇ ਕੁੜੀਆਂ ਤਾਂ ਨਾ ਮਾਪਿਆਂ ਦੇ ਹਰ ਦੁੱਖ ਸੁੱਖ ਦੇ ਵਿੱਚ ਮੁੰਡਿਆਂ ਤੋਂ ਪਹਿਲਾਂ ਆ ਕੇ ਖੜਦੀਆਂ ਨੇ। ਕੁੜੀਆਂ ਤਾਂ ਘਰ ਦੀ ਰੌਣਕ ਆਉਂਦੀਆਂ ਨੇ, ਅਤੇ ਮੈਂ ਤਾਂ ਨਾ ਆਪਣੀ ਧੀ ਦਾ ਨਾਂ ਰੌਣਕ ਹੀ ਰੱਖੂੰਗਾ। ਦੇਖੀ ਫਿਰ ਆਪਣੇ ਵਿਹੜੇ ਦੇ ਵਿੱਚ ਕਿਵੇਂ ਰੌਣਕ ਲਾਉਂਦੀ ਆ। ਬਸ ਹੁਣ ਮੈਂ ਤਾਂ ਰੱਬ ਅੱਗੇ ਇੱਕੋ ਅਰਦਾਸ ਕਰਦਾ ਵੀ ਛੇਤੀ ਛੇਤੀ ਉਹ ਚੰਗਾ ਦਿਨ ਲੈ ਕੇ ਆਵੇ। ਹਾਂਜੀ ਮੈਂ ਵੀ ਇਹੀ ਚਾਹੁੰਦੀ ਹਾਂ ਬਸ। ਸੈਂਡੀ ਵਧਾਈਆਂ ਹੋਣ, ਤੂੰ ਪਿਓ ਬਣ ਗਿਆ। ਭਾਬੀ ਤੈਨੂੰ ਵੀ ਸਵਾ ਵਧਾਈਆਂ। ਆ ਜਾਓ। ਕਿਵੇਂ ਠੀਕ ਨੇ ਭਾਬੀ? ਹਾਂਜੀ ਠੀਕ ਨੇ ਜੀ। ਮੈਂ ਆ ਸਕਦਾ? ਹਾਂਜੀ ਹਾਂਜੀ ਆ ਜਾਓ। ਮਨਦੀਪ ਠੀਕ ਹੈ ਤੂੰ? ਬੱਚਾ ਵੀ ਠੀਕ ਹੈ? ਚਲੋ ਸ਼ੁਕਰ ਹੈ ਮਾਲਕ ਦਾ, ਸਭ ਸਹੀ ਹੋ ਗਿਆ। ਆ ਲਓ ਜੀ ਆਪਣੀ ਧੀ ਦੇਖ ਲਓ। ਸ਼ੁਕਰ ਹੈ ਰੱਬਾ ਤੇਰਾ, ਮੇਰੇ ਘਰ ਭਾਗ ਲਾ ਦੇ ਤੂੰ, ਮੇਰੀ ਰੌਣਕ ਮੇਰੇ ਘਰੇ ਜੰਮ ਪਈ, ਤੇਰਾ ਲੱਖ ਲੱਖ ਸ਼ੁਕਰ ਹੈ। ਹਾਂਜੀ ਆਪਣੀ ਨਾ ਰੱਬ ਨੇ ਜਮਾਂ ਨੇੜੇ ਹੋ ਕੇ ਸੁਣੀ ਆ, ਨਾਲੇ ਦੇਖੋ ਜਮੀ ਤੁਹਾਡੇ 'ਤੇ ਗਈ ਹੈਗੀ। ਹੁਣ ਤਾਂ ਪਰਮਾਤਮਾ ਅੱਗੇ ਮੇਰੀ ਇੱਕੋ ਹੀ ਅਰਦਾਸ ਆ ਕਿ ਆਪਣੀ ਧੀ ਦੀ ਜ਼ਿੰਦਗੀ 'ਚ ਕਦੇ ਕੋਈ ਦੁੱਖ ਨਾ ਆਵੇ। ਕੋਈ ਨਾ ਤੂੰ ਫਿਕਰ ਨਾ ਕਰ, ਮੈਂ ਆਪਣੀ ਧੀ ਨੂੰ ਨਾ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੰਦਾ। ਜੋ ਵੀ ਇਹ ਮੰਗਿਆ ਕਰੂੰ ਇਹਨੂੰ ਪਹਿਲਾਂ ਲੈ ਕੇ ਦਿਆ ਕਰੂੰਗਾ। ਉਹ ਤਾਂ ਮੈਨੂੰ ਪਤਾ ਗਾ ਜੀ, ਤੁਸੀਂ ਆਪਣੀ ਧੀ ਨੂੰ ਨਾ ਪਰੀਆਂ ਵਾਂਗੂ ਰੱਖੋਗੇ, ਉਹਦੇ ਪਾਲਣ ਪੋਸ਼ਣ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਦਿੰਦੇ। ਨਾਲੇ ਤੁਸੀਂ ਤਾਂ ਮੰਗਦੇ ਵੀ ਧੀ ਸੀਗੇ ਵੀ ਮੈਂ ਉਹਨੂੰ ਅਫਸਰ ਬਣਾਊਂਗਾ ਪੜ੍ਹਾ ਲਿਖਾ ਕੇ,
ਬਸ ਮੈਨੂੰ ਤਾਂ ਇਹ ਡਰ ਲੱਗਦਾ ਵੀ ਜੇ ਰੱਬ ਧੀਆਂ ਦੇਵੇ ਤਾਂ ਕਰਮ ਵਧੀਆ ਦੇਵੇ, ਦੁੱਖ ਨਾ ਦੇਵੇ ਬਸ ਕੋਈ ਇਹਨਾਂ ਦੀ ਜ਼ਿੰਦਗੀ 'ਚ, ਹੱਸਦੀਆਂ ਖੇਡਦੀਆਂ ਵਧੀਆ ਆਪਣੇ ਪੈਰਾਂ 'ਤੇ ਖੜੀਆਂ ਹੋ ਜਾਣ। ਉਹ ਧੀਆਂ ਦੇ ਕਰਮ ਤਾਂ ਨਾ ਮਾਪਿਆਂ ਦੇ ਨਾਲ ਹੀ ਹੁੰਦੇ ਨੇ, ਜਦੋਂ ਸਿਰ 'ਤੇ ਮਾਪੇ ਹੋਣ ਕਰਮ ਵੀ ਆਪੀ ਵਧੀਆ ਬਣ ਜਾਂਦੇ ਨੇਗੇ। ਨਾਲੇ ਮੈਂ ਆਪਣੀ ਧੀ ਨੂੰ ਨਾ ਪੜ੍ਹਾ ਲਿਖਾ ਕੇ ਕੋਈ ਵਧੀਆ ਅਫਸਰ ਬਣਾਊਂਗਾ, ਤੂੰ ਫਿਕਰ ਨਾ ਕਰ ਇਸ ਗੱਲ ਦਾ। ਚਲੋ ਇਹ ਤਾਂ ਆਪਣੀਆਂ ਗੱਲਾਂ ਮੁੱਕਣੀਆਂ ਨਹੀਂ, ਤੁਸੀਂ ਐਵੇਂ ਕਰੋ ਆਪਾਂ ਇਹਨਾਂ ਨੂੰ ਛੁੱਟੀ ਦਵਾ ਕੇ ਘਰ ਚੱਲੀਏ, ਤੁਸੀਂ ਇੱਦਾਂ ਕਰੋ ਜਾ ਕੇ ਡਾਕਟਰ ਨਾਲ ਗੱਲ ਕਰੋ। ਠੀਕ ਹੈ ਭਾਬੀ, ਮੈਂ ਕਰਕੇ ਆਉਣਾ। ਅੱਲਾ ਹਾਫਿਜ਼। ਆਪਾਂ ਜਵਾਕਾਂ ਨੂੰ ਟਾਈਮ ਨਾਲ ਘਰ ਲੈ ਕੇ ਚੱਲੀਏ। ਹਾਂਜੀ ਸਹੀ ਕਹਿ ਰਹੇ। ਹਾਂਜੀ ਚੱਲ ਠੀਕ ਹੈ, ਮੈਂ ਡਾਕਟਰ ਨਾਲ ਕਰਕੇ ਆਉਣਾ। ਕੋਈ ਨਾ ਜਾਇ ਆਉਣਾ। ਠੀਕ। ਇਹ ਤਾਂ ਮੇਰਾ ਪੁੱਤ ਜਦੋਂ ਦਾ ਨਵਾਇਆ ਨਾ ਸੁੱਤਾ ਹੀ ਪਿਆ। ਉੱਠ ਜਾ ਮੇਰਾ ਸੋਹਣਾ ਪੁੱਤ, ਮੇਰੀ ਰਾਣੀ ਧੀ, ਕਿੰਨੀ ਸੋਹਣੀ ਲੱਗਦੀ ਆ ਸੁੱਤੀ ਪਈ ਪਈ। ਜਦੋਂ ਸੁੱਤਾ ਰਹਿਣਾ ਨਾ ਮੇਰਾ ਜਮਾਂ ਜੀ ਨਹੀਂ ਲੱਗਦਾ, ਉੱਠ ਕੇ ਮੰਮਾ ਨਾ ਲਾਡੀਆਂ ਵਾਡੀਆਂ ਕਰ ਲਾ। ਉੱਠ ਜਾ, ਖੇਡ ਲਈਆਂ ਮਾਵਾਂ ਧੀਆਂ। ਹਾਂਜੀ ਜੀ, ਉਹ ਸੁੱਤੀ ਪਈ ਆ ਬਸ, ਮੇਰੇ ਤਾਂ ਦਿਲ ਨਹੀਂ ਲੱਗਦਾ ਸੀ ਮੈਂ ਸੁੱਤੀ ਪਈ ਨਹੀਂ ਖੇਡਣ ਲੱਗ ਗਈ। ਅੱਛਾ ਅੱਛਾ, ਅਤੇ ਗੱਲ ਸੁਣ ਮਨਦੀਪ, ਹੁਣ ਮੈਂ ਚੱਲਦੀ ਹਾਂ, ਮੈਨੂੰ ਤੁਹਾਨੂੰ ਪਤਾ ਕਿੰਨਾ ਚਿਰ ਹੋ ਗਿਆ ਜੀ। ਕਿਉਂ ਦੀਦੀ, ਤੁਸੀਂ ਰਹਿ ਜਾਓ ਹੋਰ ਥੋੜ੍ਹੇ ਦਿਨ, ਮੇਰਾ ਨਾ ਜੀ ਲੱਗਿਆ ਹੋਇਆ ਤੁਹਾਡੇ ਨਾਲ। ਨਹੀਂ ਮੈਂ ਫਿਰ ਆਊਂਗੀ, ਹੁਣ ਫਿਰ ਘਰ ਵੀ ਦੇਖਣਾ, ਤੁਹਾਨੂੰ ਪਤਾ ਹੁਣ ਤੂੰ ਵੀ ਠੀਕ ਆ ਅਤੇ ਕੁੜੀ ਵੀ ਠੀਕ ਆ, ਅਤੇ ਨਾਲੇ ਆਪਦਾ ਧਿਆਨ ਰੱਖੀ ਨਾਲੇ ਕੁੜੀ ਦਾ ਧਿਆਨ ਰੱਖੀ। ਕੋਈ ਨਾ ਦੀਦੀ, ਤੁਸੀਂ ਨਾ ਗੇੜਾ ਮਾਰਦੇ ਰਹੋ। ਨਾ ਕੋਈ ਗੱਲ ਨਹੀਂ, ਮੈਂ ਗੇੜਾ ਮਾਰਦੀ ਰਹੂੰ, ਤੂੰ ਟੈਨਸ਼ਨ ਨਾ ਲਈ। ਹੁਣ ਤੁਸੀਂ ਚਲੇ ਜਾਓਗੇ ਘਰ ਜਾਂ ਸੁੰਨਾ ਸੁੰਨਾ ਹੋ ਜੂਗਾ? ਨਹੀਂ, ਕੋਈ ਨਾ, ਮੈਂ ਫਿਰ ਆ ਜੂੰਗੀ, ਦੁਬਾਰਾ ਆ ਜੂੰਗੀ। ਕੋਈ ਨਾ ਦੀਦੀ, ਠੀਕ ਹੈ ਜੀ, ਮੈਂ ਤੁਹਾਨੂੰ ਸਹੀ ਲੱਗੇ, ਤੁਸੀਂ ਫਿਰ ਕੱਪੜੇ ਕੁਪੜੇ ਬੈਗ 'ਚ ਪਾ ਲਿਓ, ਇਹ ਆ ਜਾਣਗੇ ਫਿਰ ਤੁਹਾਨੂੰ ਛੱਡ ਆਉਣਗੇ ਆ ਕੇ। ਠੀਕ ਹੈ, ਅਤੇ ਇੰਨੇ ਮੈਂ ਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਆਵਾਂ ਜਾ ਕੇ। ਹਾਂ ਟੇਕ ਆਓ, ਕੋਈ ਤੁਸੀਂ ਇਹਦੇ ਨਾਲ ਖੇਡੋ। ਠੀਕ ਹੈ ਜੀ, ਲਿਆਓ ਮੈਨੂੰ ਸਲਾਹ। ਸੁੱਤੀ ਪਈ ਆ ਤਾਂ ਬਸ, ਜਦੋਂ ਦੀ ਨਵਾਈ ਆ ਜਦੋਂ ਦੀ ਸੁੱਤੀ ਪਈ ਹੈਗੀ, ਉੱਠੀ ਨਹੀਂ। ਅੱਛਾ ਅੱਛਾ, ਹਾਂ ਜਗਦੀਪ ਕਿੱਥੇ ਆ? ਉਹ ਆਪਾਂ ਕੱਪੜੇ ਲੈਣ ਚੱਲਣਾ ਮਾਰਕੀਟ, ਭੂਆ ਦੇ ਮੁੰਡੇ ਦਾ ਵਿਆਹ ਆ ਰਿਹਾ, ਉਹ ਤੂੰ ਵੀ ਤਾਂ ਨਾਲ ਹੀ ਜਾਵੇਂਗਾ, ਇਕੱਠੇ ਕਰਾਂਗੇ ਪਾਰਟੀ ਇੰਜੋਏ ਆਪਾਂ। ਇੱਕ ਮਿੰਟ ਜਗਦੀਪ, ਕਰਨਾ ਤੈਨੂੰ ਕਾਲ ਹੋਵੇ ਕਿ ਮੈਂ। ਉਹ ਹਾਂਜੀ ਮੰਡੀ ਜੀ, ਕਿੱਧਰ? ਨਾ ਤੂੰ ਫੇਰ ਆ ਗਿਆ ਮੇਰੇ ਰਾਹ ਵਿੱਚ, ਤੈਨੂੰ ਕਿੰਨੇ ਵਾਰੀ ਸਮਝਾਇਆ, ਸਮਝ ਨਹੀਂ ਆਉਂਦੀ, ਛੱਡ ਮੇਰਾ। ਉਹ ਇੰਨਾ ਸੌਖਣ ਜਰਾ ਰਾਹ ਛੱਡਦਾ ਮੈਂ? ਨਾਲੇ ਤੇਰੇ ਕਰਕੇ ਮੇਰੀ ਮਾਸੀ ਦੇ ਮੁੰਡੇ ਨੇ ਮੈਨੂੰ ਜਲੀਲ ਕੀਤਾ ਸੀ। ਜਲੀਲ ਉਹਨੇ ਤੈਨੂੰ ਮੇਰੇ ਕਰਕੇ ਨਹੀਂ, ਤੇਰੀਆਂ ਕਰਤੂਤਾਂ ਕਰਕੇ ਕੀਤਾ ਸੀ। ਉਹ ਕਰਤੂਤਾਂ ਤਾਂ ਤੂੰ ਕਰਦੀ ਸੀ, ਤੇ ਮਾੜਾ ਮੈਨੂੰ ਕਹਿੰਦੀ ਆ, ਭੁੱਲ ਗਈ ਉਹ ਦਿਨ ਜਦੋਂ ਧੰਦਾ ਕਰਦੀ ਹੁੰਦੀ ਸੀ? ਮੇਰੀ ਗੱਲ ਸੁਣ ਲਾ, ਜਿੱਦਣੇ ਮੈਂ ਤੇਰੇ ਕੋਲ ਮਜਬੂਰੀ ਦੇ ਵਿੱਚ ਮਦਦ ਮੰਗਣ ਆਈ ਸੀ ਨਾ, ਜੇ ਤੂੰ ਮੈਨੂੰ ਪੈਸੇ ਦੇ ਕੇ ਤੋਰ ਦਿੰਦਾ ਤਾਂ ਮੈਂ ਮਨਦੀਪ ਤੋਂ ਮੈਂਡੀ ਕਦੇ ਨਾ ਬਣਦੀ। ਉਹ ਮੈਂਡੀ ਤਾਂ ਤੈਨੂੰ ਮੈਂ ਹੁਣ ਵੀ ਬਣਾ ਕੇ ਹਟੂੰਗਾ, ਇਹਦੇ ਲਈ ਚਾਹੇ ਮੈਨੂੰ ਜੋ ਮਰਜ਼ੀ ਕਰਨਾ ਪੈ ਜੇ। ਹਾਂ ਇੱਕ ਰਸਤਾ ਹੈਗਾ ਤੇਰੇ ਕੋਲ, ਜੇ ਤੂੰ ਮੰਨੇ ਉਹਦੇ ਵਿੱਚ ਤੂੰ ਵੀ ਖੁਸ਼ ਅਤੇ ਮੈਂ ਵੀ ਖੁਸ਼, ਉਹ ਨਾਲੇ ਤੇਰੀ ਜ਼ਿੰਦਗੀ ਚੱਲੀ ਜਾਊਗੀ। ਜਿਹੜੇ ਤੂੰ ਸੁਪਨੇ ਲੈਣਾ ਇਹ ਕਦੇ ਪੂਰੇ ਨਹੀਂ ਹੋਣੇ, ਤੇਰੀ ਇੰਨੀ ਘਟੀਆ ਸੋਚ ਹੈ ਤਾਂ ਮੈਂ ਸ਼ੁਰੂ ਤੋਂ ਜਾਣਦੀ ਸੀ। ਦਫਾ ਹਾ। ਉਹ ਕੋਈ ਨਾ, ਇਹਦਾ ਅੰਜਾਮ ਵੀ ਤੈਨੂੰ ਮੈਂ ਛੇਤੀ ਦਿਖਾਊਂ। ਹੈਲੋ, ਉਹ ਹਾਲ ਤਾਂ ਮੇਰਾ ਠੀਕ ਆ, ਇੱਕ ਬੰਦਾ ਗੱਡੀ ਚੜ੍ਹਨਾ
ਬਸ ਤੁਸੀਂ ਤਿਆਰ ਹੋ ਜਾਓ। ਰਹਿ ਜਾਂਦੇ ਦੇਖਿਓ ਦੀਦੀ ਇੱਕ ਦੋ ਦਿਨ ਹੋਰ। ਚੱਲ ਠੀਕ ਹੈ ਮਨਦੀਪ, ਮੈਂ ਭਾਬੀ ਨੂੰ ਛੱਡਿਆ ਵਾ। ਚੱਲ ਠੀਕ ਹੈ ਮਨਦੀਪ, ਮੈਂ ਚੱਲਦੀ ਹਾਂ ਤੇ ਤੂੰ ਆਪਦਾ ਖਿਆਲ ਰੱਖੀ, ਨਾਲੇ ਕੁੜੀ ਦਾ ਖਿਆਲ ਰੱਖੀ, ਠੀਕ ਹੈ? ਮੈਂ ਫੇਰ ਮਾਰੂੰਗੀ ਗੇੜਾ। ਕੋਈ ਨਾ ਦੀਦੀ, ਛੇਤੀ ਗੇੜਾ ਮਾਰਿਓ। ਕੋਈ ਗੱਲ ਨਹੀਂ, ਠੀਕ ਹੈ ਜੀ, ਜੇ ਲੱਗਿਆ ਹੋਇਆ ਸੀ ਤੁਹਾਡੇ ਨਾਲ। ਤੂੰ ਧਿਆਨ ਰੱਖੀ ਆਪਦਾ, ਠੀਕ ਹੈ? ਕੋਈ ਗੱਲ ਦੀ ਟੈਨਸ਼ਨ ਨਹੀਂ ਲੈਣੀ। ਨਾ ਕੋਈ ਨਾ ਜੀ, ਠੀਕ ਹੈ ਭਾਬੀ। ਤੁਸੀਂ ਵੀ ਜੀ ਛੇਤੀ ਮੁੜ ਆਇਓ, ਦੀਦੀ ਨੂੰ ਚੜਾ ਕੇ। ਤੁਹਾਨੂੰ ਪਤਾ ਹੀ ਆਪਣੇ ਘਰ ਦਾ, ਨਾਲੇ ਮੇਰਾ ਜੀ ਨਹੀਂ ਲੱਗਦਾ ਇਕੱਲੀ ਦਾ। ਉਹ ਕੋਈ ਨਾ, ਤੂੰ ਫਿਕਰ ਨਾ ਕਰ, ਬਸ ਮੈਂ ਗਿਆ ਤੇ ਆਇਆ। ਠੀਕ ਹੈ, ਚੱਲ ਠੀਕ ਹੈ ਜੀ। ਚਲੋ ਠੀਕ ਹੈ ਦੀਦੀ, ਓਕੇ, ਬਾਏ ਬਾਏ ਜੀ। ਲੈ ਚਲੇ ਗਏ ਹੁਣ ਘਰ, ਨਾ ਖਾਲੀ ਖਾਲੀ ਲੱਗੂਗਾ ਮੈਨੂੰ। ਇੰਨੇ ਦਿਨ ਹੋ ਗਏ ਸੀ, ਮਤਲਬ ਇੰਨੇ ਮਹੀਨੇ ਹੋ ਗਏ ਆਇਆਂ ਨੂੰ, ਪਤਾ ਹੀ ਨਹੀਂ ਲੱਗਦਾ ਹੈਗਾ। ਹੈਂ, ਉਹ ਬੰਦਾ ਜਾ ਕਿਵੇਂ ਡਿੱਗਿਆ ਪਿਆ? ਚੱਲ ਦੇਖ ਲਾਂ ਜਾ ਕੇ। ਮਰ ਗਿਆ ਸਾਲਾ, ਉਹ ਗੰਦ ਪਿੱਛੇ ਲੱਗ ਕੇ ਮੇਰੀ ਬੇਇੱਜ਼ਤੀ ਕੀਤੀ ਸੀ, ਮੈਨੂੰ ਘਰ ਤੋਂ ਬਾਹਰ ਕੱਢਦਾ ਸੀ। ਹੈਂ, ਨਿਕਲ ਗਿਆ ਮੇਰੇ ਰਾਹ ਦਾ ਰੋੜਾ। ਲੈ ਫਟਾਫਟ ਝਾੜੂ ਲਾ ਲਓ, ਉਹ ਵੀ ਸੁੱਤੀ ਪਈ ਆ ਹੁਣ, ਜੇ ਉੱਠ ਗਈ ਤਾਂ ਉਹਨੇ ਕੋਈ ਕੰਮ ਨਹੀਂ ਕਰਨ ਦੇਣਾ। ਹੈਲੋ, ਹਾਂਜੀ, ਤੁਸੀਂ ਕੀ ਕਹਿ ਰਹੇ ਹੋ? ਆਏ ਰੱਬਾ, ਆ ਕੀ ਕਹਿਰ ਕਮਾਤਾ ਤੂੰ, ਆਏ ਰੱਬਾ ਤਾਂ ਲੁੱਟੇਗੇ। ਦੇਵਾਂ ਕੀ ਤੈਨੂੰ ਮੋਲ ਵੇ, ਤੇਰੇ ਪਿਆਰ ਦਾ ਦੇਵਾਂ ਕੀ ਤੈਨੂੰ ਮੋਲ ਵੇ, ਮੈਂ ਰਹਿਣਾ ਨਹੀਂ ਉਹ ਤੇਰੇ ਬਿਨ, ਮੈਂ ਰਹਿਣਾ ਨਹੀਂ ਉਹ ਤੇਰੇ ਬਿਨ। ਮੈਨੂੰ ਮਾਫ ਕਰੀ ਪੁੱਤ, ਕੀ ਸੁਪਨੇ ਦੇਖੇ ਸੀਗੇ, ਪਰ ਰੱਬ ਦੇ ਅੱਗੇ ਕਿਸੇ ਦੀ ਵਾਹ ਨਹੀਂ ਚੱਲਦੀ ਹੈਗੀ। ਕੋਈ ਨਾ, ਜਿੰਨਾ ਮੇਰੇ ਤੋਂ ਹੋਊਗਾ ਉਨਾ ਮੈਂ ਆਪਦੇ ਬੰਨਿਓ ਪੂਰੀ ਕੋਸ਼ਿਸ਼ ਕਰੂੰਗੀ ਵੀ ਤੇਰੀ ਕੋਈ ਰੀਝ ਅਧੂਰੀ ਨਾ ਰਹੇ। ਓ ਹਾਂਜੀ ਮੰਡੀ ਜੀ, ਕਿਵੇਂ ਹੋ? ਉਹੀ ਆਕੜ ਹੈਗੀ ਆ ਜਾਂ ਫਿਰ
ਉਹ ਜਿਹੜੀ ਔਰਤ ਦੇ ਸਿਰ ਦਾ ਸਾਈ ਚੱਲਿਆ ਜਾਵੇ ਉਹਦੇ ਵਿੱਚ ਕਾਹਦੀ ਆਕੜ ਰਹਿ ਜਾਂਦੀ ਆ ਫਿਰ। ਸੌਂ ਲੱਗੇ ਸਵਾਦ ਹੀ ਆ ਗਿਆ, ਸਾਰੀ ਸੀਨੇ 'ਚ ਠੰਡ ਜਿਹੀ ਪੈ ਗਈ, ਤੇਰੀ ਆਹੀ ਆਕੜ ਤਾਂ ਭੰਨਣੀ ਸੀ। ਮਾੜੀ ਮੋਟੀ ਸ਼ਰਮ ਕਰ ਲਾ, ਉਹ ਤੇਰਾ ਭਰਾ ਸੀਗਾ, ਤੂੰ ਅਫਸੋਸ ਤਾਂ ਕੀ ਕਰਨਾ ਸੀ ਤੇ ਤੂੰ ਉੱਪਰੋਂ ਹੱਸ ਰਿਹਾ। ਉਹ ਕਾਹਦਾ ਅਫਸੋਸ, ਤੇਰੇ ਕਰਕੇ ਉਹਨੇ ਮੇਰੀ ਬੇਇੱਜ਼ਤੀ ਕੀਤੀ ਸੀ, ਪਤਾ ਨਾ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਮੈਨੂੰ ਉਹਨੇ, ਕਾਹਦਾ ਭਰਾ ਸੀ ਮੇਰਾ ਉਹ। ਨਾ ਹੁਣ ਫਿਰ ਸਾਡੇ ਘਰੇ ਕੀ ਲੈਣ ਆਇਆ ਤੂੰ, ਆਹ ਬੰਨੇ ਤੇਰੇ ਮੂਹਰੇ ਹੱਥ, ਮੈਨੂੰ ਤੇ ਮੇਰੀ ਧੀ ਨੂੰ ਨਾ ਇੱਜ਼ਤ ਨਾਲ ਜ਼ਿੰਦਗੀ ਜੀ ਲੈਣ ਦੇ, ਕਮ ਸੇ ਕਮ ਮੇਰੀ ਧੀ ਬਾਰੇ ਸੋਚ ਲਾ। ਉਹ ਮੈਂ ਤੇਰੀ ਧੀ ਬਾਰੇ ਸੋਚ ਕੇ ਆਇਆ, ਨਾਲੇ ਜਿਹੜਾ ਤੁਹਾਨੂੰ ਕਮਾ ਕੇ ਖਵਾਉਂਦਾ ਸੀ ਉਹ ਤਾਂ ਇਸ ਦੁਨੀਆਂ 'ਚ ਰਿਹਾ ਨਹੀਂ, ਤੇਰੇ ਘਰ ਦਾ ਵੀ ਸੁਪਨਾ ਸੀ ਇਹ ਵੀ ਆਪਣੀ ਧੀ ਨੂੰ ਪੜ੍ਹਾ ਲਿਖਾ ਕੇ ਕੋਈ ਵਧੀਆ ਅਫਸਰ ਬਣਾਉਂ ਮੈਂ। ਮੇਰੀ ਧੀ ਦੀ ਫਿਕਰ ਨਾ ਤੂੰ ਨਾ ਕਰ, ਇਹਦਾ ਪਿਓ ਮਰਿਆ, ਮਾਂ ਹਜੇ ਜਿਉਂਦੀ ਆ, ਮੈਂ ਕਿਸੇ ਦੇ ਗੋਹਾ ਕੂੜਾ ਸਿੱਟਾਂ, ਕਿਸੇ ਦੇ ਪੋਚੇ ਲਾਵਾਂ, ਪਰ ਆਪਣੀ ਧੀ ਦੀ ਪਰਵਰਿਸ਼ ਮੈਂ ਬਹੁਤ ਚੰਗੀ ਤਰ੍ਹਾਂ ਕਰ ਲੂੰਗੀ ਇਕੱਲੀ। ਉਹ ਸ਼ਾਇਦ ਤੈਨੂੰ ਅੱਜ ਦੀ ਮਹਿੰਗਾਈ ਦਾ ਨਹੀਂ ਪਤਾ, ਆਹ ਜਿਹੜੀ ਮਹਿੰਦੀ ਤੂੰ ਗੱਲ ਕਰਦੀ ਹੈ ਨਾ ਇਹਦੇ ਨਾਲ ਸਿਰਫ ਢਿੱਡੇ ਭਰਿਆ ਜਾ ਸਕਦਾ, ਤੇਰੇ ਘਰ ਦੇ ਸੁਪਨੇ ਨਹੀਂ ਪੂਰੇ ਹੁੰਦੇ। ਹਾਂ ਇੱਕ ਰਸਤਾ ਹੈਗਾ ਤੇਰੇ ਕੋਲ, ਤਾਂ ਫਿਰ ਬਣ ਜਾ ਮਨਦੀਪ ਤੋਂ ਮੰਡੀ, ਆ ਜਾ ਅੰਦਰ ਸੋਚ ਕੇ। ਆ ਗਈ ਮੈਂ, ਤੂੰ ਆਹੀ ਚਾਹੁੰਦਾ ਸੀ ਨਾ ਕਿ ਮੈਂ ਮਨਦੀਪ ਤੋਂ ਮੈਂਡੀ ਬਣ ਜਾਵਾਂ, ਹੁਣ ਤੇਰੇ ਮੂਹਰੇ ਮਨਦੀਪ ਨਹੀਂ ਮੈਂਡੀ ਖੜੀ ਆ।